श्री मुक्तसर साहिब शहर के एक मोहल्ले में रहने वाली निर्धन परिवार से संबंधित 6 वर्षीय बालिका को उसके पड़ोस में ही रहने वाले एक 20 वर्षीय युवक ने अपनी हवस का शिकार बना डाला। दुष्कर्म करने वाला युवक थाना सिटी श्री मुक्तसर साहिब में कार्यरत एक होमगार्ड जवान का बेटा है। घटना की सूचना के बाद थाना सिटी पुलिस द्वारा पीड़ित बच्ची को सिविल अस्पताल में मेडिकल के बाद आरोपित गुरांदिता सिंह गोरा के खिलाफ विभिन्न धाराओं के तहत मामला दर्ज कर कार्रवाई की जा रही है। ਇੱਦਾਂ ਜੀ, ਇੱਕ ਸਾਨੂੰ ਸਾਡੇ SHO ਨੂੰ ਜਾਣਕਾਰੀ ਮਿਲੀ ਹੈ ਕਿ ਇੱਕ ਨਾਬਾਲਗ ਬੱਚੀ ਨਾਲ ਰੇਪ ਦੀ ਅਟੈਂਪਟ ਕੀਤੀ ਗਈ ਹੈ। ਜਦੋਂ ਹੀ ਜਾਣਕਾਰੀ ਮਿਲੀ ਹੈ, ਨਾਲੋਂ ਨਾਲ SHO ਨੇ ਤੁਰੰਤ FIR ਦਰਜ ਕਰਤੀ ਹੈ। 169 ਨੰਬਰ ਬਣਦੀਆਂ ਧਾਰਾਵਾਂ ਦੇ ਅੰਦਰ, ਅਤੇ ਨਾਲ ਉਸ ਬੱਚੀ ਦਾ ਹੁਣ ਅਸੀਂ ਮੈਡੀਕਲ ਵੀ ਕਰਾਤਾ ਹੈ, ਅਤੇ ਹੁਣ ਜਿਹੜਾ ਮੁਲਜ਼ਮ ਆ ਉਹਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਅਤੇ ਉਮੀਦ ਹੈ ਕਿ ਉਹ ਵੀ ਛੇਤੀ ਫੜਿਆ ਜਾਏਗਾ। ਇਸ ਬੰਦੇ ਨੂੰ ਜੀ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ, ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਆ। ਬਹੁਤ ਗਲਤ ਘਟੀਆ ਗੱਲ ਕੀਤੀ ਉਹਨੇ ਆਪ 6 ਸਾਲ ਦੀ ਬੱਚੀ ਨਾਲ, ਵੱਧ ਤੋਂ ਵੱਧ ਉਹਨੂੰ ਸਜ਼ਾ ਮਿਲਣੀ ਚਾਹੀਦੀ। ਜੇ 9 ਵਜੇ ਦੁਰਘਟਨਾ ਹੋਈ ਸਾਡੀ ਬੇਟੀ ਨਾਲ, 6 ਸਾਲਾਂ ਦੀ ਕੁੜੀ ਆ, ਸਾਨੂੰ ਇਨਸਾਫ ਮਿਲਣਾ ਚਾਹੀਦਾ, ਪਰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ। ਇਹ ਗੋਰ ਪਿਤਾ ਦਾ ਨਾਮ ਬਲਦੇਵ ਸਿੰਘ, ਅਸੀਂ ਮੈਂ ਕਰਦੇ ਨੂੰ ਸਜ਼ਾ ਮਿਲਣੀ ਚਾਹੀਦੀ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਮੇਰੀ ਗੁੜੀਆ ਹੈਗੀ ਜੀ 5 ਸਾਲ ਦੀ, ਇਹ ਨਾ ਗਲੀ ਵਿੱਚ ਕੱਲ੍ਹ ਵੀ ਖੇਡਦੀ ਪਈ ਸੀ, ਅਤੇ ਸਾਡੀ ਗਲੀ ਵਿੱਚ ਇੱਕ ਰਹਿੰਦਾ ਹੈਗਾ ਗੁਆਂਢੀ ਸਾਡਾ ਗੋਰਾ ਜੀ, ਉਹ ਬਲਦੇਵ ਸਿੰਘ ਦਾ ਮੁੰਡਾ ਹੈਗਾ, ਹੋਮਗਾਰਡ ਵਿੱਚ ਲੱਗਿਆ ਹੈਗਾ, ਉਹਦਾ ਪਿਓ ਲੋਕਲੀ ਹੈਗੀ ਜੀ ਉਹਨਾਂ ਦੀ ਡਿਊਟੀ, ਅਤੇ ਉਸਨੇ ਕੱਲ੍ਹ ਲੈ ਕੇ ਜਾ ਰਿਹਾ ਸੀ ਮੇਰੀ ਲੜਕੀ ਨੂੰ, ਪਰ ਉਸਦੀ ਮਾਤਾ ਨੇ ਰੋਕ ਲਿਆ ਜੀ। ਮੇਰੀ ਵਾਈਫ ਨੇ ਉੱਧਰ ਜਾਣ ਨਹੀਂ ਦਿੱਤਾ ਉਹਨਾਂ ਦੇ ਘਰ, ਕਿਉਂਕਿ ਕੋਈ ਵੀ ਨਹੀਂ ਹੈਗਾ ਸੀਗਾ। ਅਤੇ ਅੱਜ ਫਿਰ ਉਹ ਮੈਂ ਸੁਬਾਹ ਆਪਣੇ ਕੰਮ ਵਿੱਚ ਲੱਗਿਆ ਹੋਇਆ ਸੀ, ਉਸਦੀ ਮੰਮਾ ਜਿਹੜੀ ਸੀ ਮੇਰੀ ਗੁੜੀਆ ਦੀ ਮੰਮਾ ਆਪਣੇ ਕੰਮ ਵਿੱਚ ਲੱਗੀ ਹੋਈ ਸੀ, ਅਤੇ ਪੌਣੇ ਕੁ ਨੌ ਦਾ ਟਾਈਮ ਸੀ ਜੀ, 8:30-9:30 ਦਾ ਟਾਈਮ ਸੀ ਜਿਸ ਟਾਈਮ ਇਹ ਗਲੀ ਵਿੱਚ ਖੇਡਦੀ ਖੇਡਦੀ ਮੇਰੀ ਗੁੜੀਆ ਨੂੰ, 5 ਸਾਲ ਦੀ ਹੈਗੀ, ਉਹਨੂੰ ਲੈ ਗਏ ਜੀ ਆਪਣੇ ਘਰ, ਇਹਨਾਂ ਦੇ ਕੋਈ ਵੀ ਨਹੀਂ ਸੀਗਾ ਜੀ। ਹਾਂਜੀ, ਹੁਣ ਇਹ ਸਰਕਾਰੀ ਹਸਪਤਾਲ ਵਿੱਚ ਹੈਗੀ ਜੀ ਮੇਰੀ ਗੁੜੀਆ ਜੀ, ਅਤੇ ਮੈਂ ਤਾਂ ਪ੍ਰਸ਼ਾਸਨ ਤੋਂ ਇਹੀ ਚਾਹੁੰਦਾ ਕਿ ਮੈਨੂੰ ਨਿਆਂ ਦਿੱਤਾ ਜਾਵੇ, ਮੇਰੀ 5 ਸਾਲ ਦੀ ਗੁੜੀ ਹੈ ਜੀ, ਉਹਨੂੰ ਤਾਂ ਕੁਛ ਵੀ ਨਹੀਂ ਪਤਾ ਜੀ। ਦੇਸ਼ ਵਿਦੇਸ਼ TV ਕੇ ਲਈ ਸ਼੍ਰੀ ਮੁਕਤਸਰ ਸਾਹਿਬ ਸੇ ਤਰਸੇਮ ਢੁੱਡੀ ਕੀ ਰਿਪੋਰਟ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਦੇਸ਼ ਵਿਦੇਸ਼ TV ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕੀਤਾ ਜਾਵੇ।